विनिंग पंजाब का स्पैशल प्रोग्राम देख रहे हो तुसी ते मैं हाँ लखविंदर सिंह मान लैके हाजिर हाँ पंजाब की राजनीति दियां कुछ बड़ियां ते अहम खबरां। सब तो पहला गलबात करांगे श्रोमणी अकाली दल नूं कल एक बड़ा झटका लग्या, एक बड़ा नाम, एक बड़ा अहुदा खुस गया जी उन्हां दा। ते एक बहुत बड़े नाम दे वल्लों कल श्रोमणी अकाली दल बादल नूं छड्ड दित्ता गया। पार्टी छड्डण दे नाल नाल अहुदा छड्डण दे नाल नाल सुखबीर बादल दे उपर बड़े इल्जाम लगाए ने, बड़े दोष लगाए ने। की ने वह दोष, इस बारे गलबात करांगे। गलबात करांगे कैप्टन अमरिंदर सिंह की। कैप्टन अमरिंदर सिंह जिन्हां ने एक बार फिर तो बड़ा ट्वीट किया जिस दे नाल सियासी गलियारां दे विच हलचल वध गई है। की है ट्वीट, इस बारे गलबात करांगे। गलबात करांगे नाल ही नाल हरसिमरत कौर बादल की, जिहड़े कि सीएम चन्नी ਤੇ ਨਾਲ ਹੀ ਨਾਲ ਕੇਜਰੀਵਾਲ ਦੇ ਉੱਪਰ ਤੰਜ ਕਸਦੇ ਹੋਏ ਨਜ਼ਰ ਆਏ ਨੇ। ਕਿਸ ਤਰ੍ਹਾਂ ਦੇ ਨਿਸ਼ਾਨੇ ਉਹਨਾਂ ਦੋਹਾਂ ਨੇਤਾਵਾਂ ਦੇ ਉੱਪਰ ਸਾਧੇ ਗਏ ਨੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ, ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਅਣਕੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਅਣਕੀ ਸਰ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਅਣਕੀ ਸਰ, ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਉਥਲ ਪੁਥਲ ਬਹੁਤ ਜ਼ਿਆਦਾ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਦੇਖੀਏ, ਘਟਨਾਕ੍ਰਮ ਦੇਖੀਏ ਤਾਂ ਵੱਡੀ ਵੱਡੀ ਉਥਲ ਪੁਥਲ ਹੁੰਦੀ ਸੀਗੀ ਹੈ। ਨਾਲ ਹੀ ਨਾਲ ਸਰਕਾਰ ਵੀ ਵੱਡੇ ਵੱਡੇ ਆਪਣੇ ਫੈਸਲੇ ਸੁਣਾ ਰਹੀ ਹੈ ਤੇ ਵੱਡੇ ਵੱਡੇ ਐਲਾਨ ਕਰਦੀ ਨਜ਼ਰ ਆ ਰਹੀ ਹੈ। ਜੇਕਰ ਉਹ ਸਭ ਤੋਂ ਪਹਿਲਾਂ ਗੱਲਬਾਤ ਕਰੀਏ 2022 ਦੀ ਚੋਣਾਂ ਨੂੰ ਲੈ ਕੇ ਵੱਡੇ ਵੱਡੇ ਝਟਕੇ ਵੀ ਪਾਰਟੀਆਂ ਨੂੰ ਲੱਗਣੇ ਸ਼ੁਰੂ ਹੋ ਗਏ ਨੇ। ਕੱਲ ਇੱਕ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੱਗਿਆ ਜਦੋਂ ਹਰਜਿੰਦਰ ਕੌਰ ਮੀਮਸਾ ਮੁੱਖ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਅਤੇ ਅਹੁਦੇ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਸਿਰਫ ਅਸਤੀਫਾ ਹੀ ਨਹੀਂ ਦਿੱਤਾ, ਮੈਡਮ ਮੀਮਸਾ ਨੇ ਬਹੁਤ ਵੱਡੇ ਇਲਜ਼ਾਮ ਲਗਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਉੱਪਰ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਬੇਅਦਬੀ ਦੇ ਮਾਮਲੇ ਹੋਏ ਨੇ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਲਿਪਤ ਨੇ ਸੁਖਬੀਰ ਸਿੰਘ ਬਾਦਲ। ਨਾਲ ਸਬੂਤ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ, ਉਹਨਾਂ ਮੁੱਖ ਦੋਸ਼ੀਆਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸਾਜਿਸ਼ ਕਰਤਾ ਸੀ ਤੇ ਉਹਨਾਂ ਦੇ ਕਿਸ ਤਰ੍ਹਾਂ ਦੇ ਸੰਬੰਧ ਸੁਖਬੀਰ ਸਿੰਘ ਬਾਦਲ ਦੇ ਨਾਲ ਰਹੇ ਨੇ। ਇਹਨਾਂ ਗੱਲਾਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ। ਕਿਵੇਂ ਦੇਖ ਰਹੇ ਹੋ ਦੋਹਰਾ ਝਟਕਾ? ਇੱਕ ਤਾਂ ਵੱਡਾ ਚਿਹਰਾ ਚਲਾ ਗਿਆ ਪਾਰਟੀ ਨੂੰ ਛੱਡ ਕੇ ਤੇ ਦੂਸਰਾ ਜਾਂਦੇ ਹੋਏ ਵੱਡੇ ਇਲਜ਼ਾਮ ਲਗਾ ਕੇ ਗਏ ਨੇ। ਕਿਵੇਂ ਦੇਖ ਰਹੇ ਹੋ ਇਸ ਘਟਨਾਕ੍ਰਮ? ਮਾਨ ਸਾਹਿਬ, ਅਸਲ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕੇ ਤਾਂ 2017 ਤੋਂ ਹੀ ਲੱਗਦੇ ਪਏ ਆ, ਤਾਂ ਨਵੇਂ ਝਟਕਾ ਤਾਂ ਕੋਈ ਹੈ ਨਹੀਂ। ਹੁਣ ਕੱਲ੍ਹ ਜਿਸ ਤਰੀਕੇ ਨਾਲ ਬੀਬੀ ਰਜਿੰਦਰ ਕੌਰ ਮੀਮਸਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਮੁੱਖ ਸਲਾਹਕਾਰ ਤੇ, ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਅਸਤੀਫਾ ਦੇਣ ਦੇ ਨਾਲ ਨਾਲ ਹੀ ਕੁਝ ਬੜੇ ਗੰਭੀਰ ਇਲਜ਼ਾਮ ਜਿਹੜੇ ਨੇ ਸੁਖਬੀਰ ਬਾਦਲ ਤੇ ਲਾਏ ਨੇ। ਤਾਂ ਸੁਖਬੀਰ ਬਾਦਲ ਦੇ ਉੱਤੇ ਇਹੋ ਜਿਹੇ ਇਲਜ਼ਾਮ ਪਿਛਲੇ ਦੌਰਾਂ 'ਚ ਵੀ ਲੱਗਦੇ ਰਹੇ ਆ, ਪਰ ਉਹ ਇਹੋ ਜਿਹਾ ਬੰਦਾ ਕਿ ਉਹਨੇ ਕਦੇ ਵੀ ਇਹਨਾਂ ਇਲਜ਼ਾਮਾਂ ਦੀ ਕਦੀ ਪਰਵਾਹ ਜਿਹੜੀ ਆ ਉਹ ਨਹੀਂ ਕੀਤੀ, ਤੇ ਬਲਕਿ ਸਿੱਖ ਮਾਨਸਿਕਤਾ ਦੇ ਨਾਲ ਪੂਰਨ ਤੌਰ 'ਤੇ ਉਹ ਖੇਡਦਾ ਰਿਹਾ, ਉਹਨਾਂ ਦੇ ਖਿਲਵਾੜ ਕਰਦਾ ਰਿਹਾ। ਕਿਸੇ ਸਮੇਂ ਤੁਹਾਨੂੰ ਯਾਦ ਹੋਵੇਗਾ ਕਿ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਡੇਰੀ ਦੀ ਜਿਹੜੀ ਇੱਕ ਔਰਤ ਸੀ, ਪ੍ਰੇਮਾ ਨੂੰ ਤਾਂ ਨਾਮ ਮੈਨੂੰ ਯਾਦ ਨਹੀਂ ਆ, ਉਹਨੇ ਸ਼ਰੇਆਮ ਇਲਜ਼ਾਮ ਲਾਇਆ ਸੀ ਕਿ ਜਿਹੜਾ ਡਰੈਸ ਜਿਹੜੀ ਗੁਰੂ ਗੋਬਿੰਦ ਸਿੰਘ ਵਰਗੀ ਜਿਹੜੀ ਰਾਮ ਰਹੀਮ ਨੇ ਪਾਈ ਸੀ, ਉਹ ਜਿਹੜੀ ਡਰੈਸ ਸੀ ਉਹ ਸੁਖਬੀਰ ਬਾਦਲ ਨੇ ਰਾਮ ਰਹੀਮ ਨੂੰ ਦਿੱਤੀ ਸੀ। ਫਿਰ ਉਸ ਤੋਂ ਮਗਰੋਂ ਰਾਮ ਰਹੀਮ ਦਾ ਮੁੱਦਾ ਬੜਾ ਗਰਮਾਇਆ, ਉਸਨੂੰ ਪੰਥ ਛੂ ਛੇਕ ਦਿੱਤਾ ਗਿਆ, ਤਨਖਾਹੀਆ ਕਰਾਰ ਦੇ ਦਿੱਤਾ। ਸੁਖਬੀਰ ਬਾਦਲ ਨੇ 2012 ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗਵਾਈ, ਅਕਾਲ ਤਖ਼ਤ ਦੇ ਜਥੇਦਾਰ ਨੂੰ ਸੱਦਿਆ, ਗੁਰਬਚਨ ਸਿੰਘ ਉਹਨਾਂ ਨੂੰ, ਬਾਕੀਆਂ ਨੂੰ ਸੱਦਿਆ, ਗੁਰਮੁਖ ਸਿੰਘ ਨੂੰ ਸੱਦਿਆ। ਤਾਂ ਉਹਨਾਂ ਦੇ ਵਿੱਚ ਜਿਹੜੀ ਪਰਿਵਰਤਨ ਸੀ, ਪਰ ਫਿਰ ਵੀ ਉਹਨਾਂ ਨੂੰ ਕੀ ਕੁਛ ਕਿਸ ਤਰੀਕੇ ਨਾਲ ਦਬਾਅ ਦੇ ਨਾਲ, ਸਿਆਸੀ ਦਬਾਅ ਦੇ ਨਾਲ ਉਹਨਾਂ ਨੂੰ ਰਾਮ ਰਹੀਮ ਨੂੰ ਉਹਨੇ ਮਾਫ਼ੀ ਦਵਾਈ, ਅਤੇ ਅੱਜ ਤੱਕ ਉਹ ਇਸ ਇਲਜ਼ਾਮ ਨੂੰ ਵੀ ਕਰੀ ਉਹਨੇ ਪ੍ਰਵਾਨ ਨਹੀਂ ਕੀਤਾ ਕਿ ਉਸ ਮਾਫ਼ੀ ਦਵਾਉਣ ਦੇ ਵਿੱਚ ਮੇਰਾ ਹੱਥ ਸੀ, ਬਲਕਿ ਉਲਟਾ ਇਸ ਇਸ਼ੂ ਨੂੰ ਕਦੀ ਉਸਨੇ ਛੂਹਿਆ ਨਹੀਂ। ਅਤੇ ਜਦੋਂ ਕਿ ਪੰਜਾਬ ਦੀ ਜਨਤਾ ਸਭ ਇਸ ਸੱਚਾਈ ਨੂੰ ਤਹਿ ਤੱਕ ਜਾਣਦੀ ਹੈ ਕਿ ਰਾਮ ਰਹੀਮ ਨੂੰ ਮਾਫ਼ੀ ਕਿਸ ਤਰ੍ਹਾਂ ਦਿੱਤੀ, ਕਿਸ ਤਰ੍ਹਾਂ ਦਵਾਈ, ਪਰ ਸੁਖਬੀਰ ਬਾਦਲ ਨੇ ਅੱਜ ਤੱਕ ਇਸ ਮੁੱਦੇ 'ਤੇ ਇੱਕ ਵੀ ਸ਼ਬਦ ਨਹੀਂ ਬੋਲਿਆ, ਨਾ ਹੀ ਉਹਦੇ ਪਾਰਟੀ ਸਲਾਹਕਾਰਾਂ ਨੇ, ਨਾ ਹੀ ਉਹਨਾਂ ਦੇ ਮੁੱਖ ਬੁਲਾਰੇ ਵਿਰਸਾ ਸਿੰਘ ਮਲਟੋਵਾ ਜਾਂ ਇਹੋ ਜਿਹੇ ਬੰਦਿਆਂ ਨੇ ਕਦੇ ਵੀ ਇਸ ਮੁੱਦੇ ਨੂੰ ਛੂਹੇ ਨਹੀਂ ਕਿ ਮਾਫ਼ੀ ਦਵਾਉਣ ਦੇ ਵਿੱਚ ਉਹਨਾਂ ਦਾ ਕੋਈ ਹੱਥ ਸੀ। ਹੁਣ ਜਿਹੜਾ ਅੱਛਾ ਉਸ ਤੋਂ ਮਗਰੋਂ SIT ਬਣੀ, ਗੁਰੂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਉਹਨਾਂ ਦੀ ਜਾਂਚ ਵਾਸਤੇ SIT ਬਣੀ। SIT ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ, ਬੜੀਆਂ SIT ਬਣੀਆਂ, ਪਰ ਗੱਲ ਇਹ ਵੀ ਤਨ ਪੱਤਰ ਨਹੀਂ ਲੱਗੀ। ਉਹ ਹਰ ਗੱਲ ਕਿਸੇ ਵੀ SIT ਦੀ ਜਿਹੜੀ ਦਿਸ਼ਾ ਸੀ, ਮਤਲਬ ਉਹ ਕਿਸੇ ਵੀ ਜਿਹੜੀ ਇਨਵੈਸਟੀਗੇਟ ਕਰਦੀ ਸੀ, ਉਸ ਦੀਆਂ ਤਾਰਾਂ ਕਿਤੇ ਨਾ ਕਿਤੇ ਜਾ ਕੇ ਉਹ ਸੁਖਬੀਰ ਸਿੰਘ ਬਾਦਲ ਨਾਲ ਜੁੜਦੀਆਂ ਨੇ, ਚਾਹੇ ਉਹ ਸਿੱਧੀਆਂ ਜੁੜ ਜਾਣ ਚਾਹੇ ਪੁੱਠੀਆਂ ਜੁੜ ਜਾਣ, ਜੁੜਦੀਆਂ ਰਹੀਆਂ ਨੇ। ਪਰ ਕਿਉਂਕਿ 2015 ਦੇ ਵਿੱਚ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ,
ਜਿਹੜੇ ਅੱਜ ਦੇ ਡੀ ਜੀ ਪੀ ਅਕਬਾਲਪ੍ਰੀਤ ਸਿੰਘ ਸਹੋਤਾ ਉਹਨਾਂ ਨੇ ਮਿੰਟੋ ਮਿੰਟ ਜਿਹੜੀ ਕਲੀਨ ਚਿੱਟ ਜਿਹੜੀ ਸੀ ਉਹ ਸੁਖਬੀਰ ਬਾਦਲ ਨੂੰ ਦੇ ਦਿੱਤੀ, ਉਸਮੇ ਸੈਣੀ ਸਰ ਮਾਫ ਕਰਦਾ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੀ ਸੀ ਏ ਡੀ ਜੀ ਪੀ ਵੱਲੋਂ, ਜਿਹਦੀ ਅੱਜ ਕੱਲ੍ਹ ਵੀ ਬਹੁਤ ਚਰਚਾ ਨਵਜੋਤ ਸਿੰਘ ਸਿੱਧੂ ਕਰਦਾ। ਹੁਣ ਜਿਹੜਾ ਜਿਹੜੀ ਖਾਸ ਤੌਰ 'ਤੇ ਬੀਬੀ ਅਜਿੰਦਰ ਕੌਰ ਮੀਨਸਾ ਨੇ ਜਿਹੜਾ ਅਸਤੀਫਾ ਦਿੱਤਾ, ਅਸਤੀਫੇ ਦੇ ਵਿੱਚ ਜਿਹੜੇ ਉਹਨੇ ਇਲਜ਼ਾਮ ਲਾਏ ਨੇ ਬੜੇ ਗੰਭੀਰ ਇਲਜ਼ਾਮ ਲਾਏ ਨੇ। ਉਸਨੇ ਕਿਹਾ ਕਿ ਮੈਂ ਉਹਨਾਂ ਦੋ ਵਿਅਕਤੀਆਂ ਨੂੰ ਜਿਹੜੇ ਦੋ ਵਿਅਕਤੀ ਬੇਅਦਬੀ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਚੋਰੀ ਕਰਨ ਔਰ ਪੋਸਟਰ ਲਾਉਣ ਦੇ ਮਸਲਿਆਂ ਦੇ ਵਿੱਚ ਦੋ ਜਿਹੜੇ ਵਿਅਕਤੀ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਨੇ, ਹਰਜ ਤੁਰੀ ਅਤੇ ਜਗਜੀਤ ਸਿੰਘ, ਇਹਨਾਂ ਦੀਆਂ ਕਈ ਮੀਟਿੰਗਾਂ ਦੀ ਉਹ ਗਵਾਹ ਆ। ਜੇ ਜਦੋਂ ਵੀ ਉਹ ਮਿਲਣ ਜਾਂਦੀ ਸੀ ਦਿੱਲੀ ਵਿਖੇ ਸਰਦਾਰ ਸੁਖਬੀਰ ਸਿੰਘ ਦੇ ਸਰਕਾਰੀ ਰਿਹਾਇਸ਼ ਦੇ, ਇੱਥੇ ਉੱਥੇ ਜਾ ਕੇ ਇਹ ਦੋ ਵਿਅਕਤੀ ਸੁਖਬੀਰ ਬਾਦਲ ਨੂੰ ਉਸਨੇ ਕਈ ਵਾਰ 9-10 ਵਾਰ ਉਸਨੇ ਲਿਖਿਆ ਕਿ 9-10 ਵਾਰ ਮੈਂ ਉਹਨਾਂ ਨੂੰ ਮਿਲਦੇ ਵੇਖਿਆ, ਅਤੇ ਸੁਖਬੀਰ ਬਾਦਲ ਜਦੋਂ ਇਹਨਾਂ ਨੂੰ ਸਾਈਡ 'ਤੇ ਜਾ ਕੇ ਗੱਲ ਕਰਦਾ ਸੀ ਕੋਈ ਵੀ ਤਾਂ ਬਹੁਤ ਗੰਭੀਰ ਹੋ ਕੇ ਗੱਲਾਂ ਕਰਦਾ ਸੀ। ਇੱਥੋਂ ਤੱਕ ਬੀਬੀ ਦੋ ਮੀਨਸਾ ਨੇ ਇਹ ਦੋਸ਼ ਲਗਾਏ ਨੇ ਕਿ ਇੱਕ ਵਾਰੀ ਮੇਰੇ ਸਾਹਮਣੇ ਕਹਿੰਦਾ ਔਰ ਜਦੋਂ ਇਹ ਦੋਵੇਂ ਵਿਅਕਤੀ ਗਏ ਅਰਸ਼ ਤੁਰੀ ਔਰ ਜਗਜੀਤ ਸਿੰਘ, ਤਾਂ ਸੁਖਬੀਰ ਬਾਦਲ ਨੇ ਇਹਨਾਂ ਨੂੰ ਕਿਹਾ ਕਿ ਆਉਣ ਤੋਂ ਪਹਿਲਾਂ ਤੁਸੀਂ ਮੈਨੂੰ ਫੋਨ ਕਰ ਲਿਆ ਕਰੋ, ਐਵੇਂ ਕਿਤੇ ਮੈਨੂੰ ਮਰਵਾਓਗੇ। ਫਿਰ ਕਹਿੰਦੇ ਜਦੋਂ 2017 'ਚ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀ ਕਾਂਗਰਸ ਸਰਕਾਰ ਬਣਦੀ ਹੈ ਤਾਂ ਉਸ ਸਮੇਂ ਵੀ ਜਦੋਂ ਇਹ ਦੋ ਵਿਅਕਤੀ ਉੱਥੇ ਗਏ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ, ਸਰਕਾਰ ਹੁਣ ਆਪਣੀ ਬਣ ਗਈ ਆ, ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਮੈਂ ਫੋਨ ਕਰ ਦੇਵਾਂਗਾ। ਤਾਂ ਬੀਬੀ ਮੀਨਸਾ ਕਹਿ ਰਹੀ ਕਿ ਮੈਨੂੰ ਪਤਾ ਨਹੀਂ ਕਿ ਇਹਨਾਂ ਵਿਚਕਾਰ ਕੀ ਗੱਲਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਸਨ, ਪਰ ਜਦੋਂ ਗੰਭੀਰ ਹੋ ਜਾਂਦਾ ਸੀ ਔਰ ਦੋਵੇਂ ਕਈ ਕਈ ਤਿੰਨੇ ਜਣੇ ਕਈ ਕਈ ਟਾਈਮ ਜਿਹੜਾ ਇੱਕ ਸਾਈਡ 'ਤੇ ਹੋ ਕੇ ਗੱਲਾਂ ਕਰਦੇ ਰਹਿੰਦੇ ਸਨ, ਤਾਂ ਇਹ 9-10 ਵਾਰ ਉਸਨੇ ਕਿਹਾ ਕਿ ਉੱਥੇ ਸਰਕਾਰੀ ਰਿਹਾਇਸ਼ 'ਤੇ ਉਸਨੂੰ ਦੇਖਿਆ। ਹੁਣ ਕਿੰਨੀ ਦਿਲਚਸਪ ਗੱਲ ਹੈਗੀ ਹੈ ਕਿ ਇੱਕ ਪਾਸੇ ਇਹ ਵਿਅਕਤੀ ਬੁਰਜਵਾਰ ਸਿੰਘ ਵਾਲਾ ਵਿੱਚ ਉਹਨਾਂ ਘਟਨਾਵਾਂ ਵਾਸਤੇ ਮੁੱਖ ਦੋਸ਼ੀ ਮੰਨੇ ਜਾ ਰਹੇ ਆ, ਅਦਾਲਤ ਵੱਲੋਂ ਇਹਨਾਂ ਨੂੰ ਭਗੌੜੇ ਕਰਾਰ ਦੇ ਦਿੱਤਾ ਗਿਆ, ਔਰ ਦੂਸਰੇ ਪਾਸੇ ਇਹ ਵਿਅਕਤੀ ਸ਼ਰੇਆਮ ਉਸ ਦੌਰ 'ਚ ਵੀ ਸੁਖਬੀਰ ਸਿੰਘ ਬਾਦਲ ਨੂੰ ਉਹਦੀ ਦਿੱਲੀ ਵਿਖੇ ਜਿਹੜੀ ਸਰਕਾਰੀ ਰਿਹਾਇਸ਼ ਆ ਉੱਥੇ ਮਿਲਦੇ ਰਹੇ ਨੇ ਔਰ ਮੀਟਿੰਗਾਂ ਕਰਦੇ ਰਹੇ ਨੇ। ਇਹ ਸਭ ਤੋਂ ਕੀ ਸਿੱਧ ਹੁੰਦਾ? ਇਹ ਸਭ ਤੋਂ ਸਿੱਧ ਇਹੋ ਹੀ ਹੁੰਦਾ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸਨ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹੈ ਜਾਂ ਨਹੀਂ ਹੈ, ਪਰ ਉਸਨੂੰ ਇਸ ਗੱਲ ਦਾ ਪੂਰਨ ਤੌਰ 'ਤੇ ਪਤਾ ਸੀ ਕਿ ਇਹੋ ਜਿਹੀਆਂ ਘਟਨਾਵਾਂ ਹੋਣ ਵਾਲੀਆਂ ਨੇ ਅਤੇ ਇਹਨਾਂ ਦੀਆਂ ਘਟਨਾਵਾਂ ਵਾਸਤੇ ਜ਼ਿੰਮੇਵਾਰ ਵਿਅਕਤੀ ਕੌਣ ਹਨ। ਤਾਂ ਫਿਰ ਉਹਨਾਂ ਜ਼ਿੰਮੇਵਾਰ ਵਿਅਕਤੀਆਂ ਨੂੰ ਉਹਨੇ ਕਿਸ ਤਰੀਕੇ ਨਾਲ ਆਸਰਾ ਦਿੱਤਾ, ਕਿਸ ਤਰ੍ਹਾਂ ਸ਼ੈਲਟਰ ਦਿੱਤਾ? ਸਭ ਤੋਂ ਵੱਡਾ ਪ੍ਰਸ਼ਨ ਜਿਹੜਾ ਉਹ ਇਹ ਆ, ਇਹ ਸਿਰਫ ਵੋਟਾਂ ਦੀ ਰਾਜਨੀਤੀ ਹੈ। ਔਰ ਮਾਨ ਸਾਹਿਬ ਜਿਹੜੀ ਵੱਡੀ ਗੱਲ ਮਤਲਬ ਦੁੱਖ ਦੇਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਪਾਰਟੀ ਜਿਹੜੀ ਪੰਥਕ ਪਾਰਟੀ ਕਹਿੰਦੀ ਸੀ, ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਕੁਰਬਾਨੀਆਂ ਦਿੱਤੀਆਂ, ਬਹੁਤ ਕੁਝ ਇਹੋ ਜਿਹੀਆਂ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੇ ਦਾਅਵੇ ਕਰਦਾ, ਔਰ ਦਾਅਵੇ ਹੈ ਵੀ ਠੀਕ ਹੈ, ਬੀਤੇ ਦੌਰ 'ਚ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਅਗਰ ਦੇਖਿਆ ਜਾਵੇ ਤਾਂ ਇਹੋ ਜਿਹਾ ਇਤਿਹਾਸ ਸਾਨੂੰ ਨਜ਼ਰ ਆਉਂਦਾ, ਚਾਹੇ ਨਨਕਾਣਾ ਸਾਹਿਬ ਦਾ ਮੋਰਚਾ ਹੋਵੇ, ਚਾਹੇ ਕਈ ਮੋਰਚੇ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਦੇਸ਼ ਦੀ ਆਜ਼ਾਦੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੀ ਭੂਮਿਕਾ ਰਹੀ ਹੈ, ਇਹਦੇ ਸੰਬੰਧੀ ਕੋਈ ਜ਼ਿਆਦਾ ਚਰਚਾ ਕਰਨ ਦੀ ਲੋੜ ਨਹੀਂ। ਮਤਲਬ ਪੂਰਨ ਤੌਰ 'ਤੇ ਲੋਕ ਜਾਣਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿਹੜਾ ਕਿੱਦਾਂ ਦਾ ਮਾਨ ਮੱਤਾ ਰਿਹਾ। ਪਰ ਜਦੋਂ ਦਾ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ, ਜਿਸ ਤਰੀਕੇ ਨਾਲ ਇਸ ਪਾਰਟੀ ਦਾ ਬੇੜਾ ਗਰਕ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਕੀਤਾ, ਮੇਰਾ ਨਹੀਂ ਖਿਆਲ ਹੁਣ ਤੱਕ ਕਿਸੇ ਹੋਰ ਪ੍ਰਧਾਨ ਨੇ ਕੀਤਾ ਹੋਵੇ। ਅਤੇ ਇਹੋ ਹੀ ਕਾਰਨ ਆ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ 2017 ਦੇ ਵਿੱਚ ਕੇਵਲ 15 ਜਾਂ 16 ਸੀਟਾਂ 'ਤੇ ਅਟਕ ਗਈ ਸੀ। ਅਤੇ ਜਿਹੋ ਜਿਹੇ ਹੁਣ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ ਔਰ ਜਿਹੜੀਆਂ ਬੰਦੇ ਸਾਹਮਣੇ ਆ ਰਹੇ ਆ, ਮੇਰਾ ਨਹੀਂ ਖਿਆਲ ਕਿ ਇਹ 15-16 ਸੀਟਾਂ ਵੀ ਹੁਣ ਦੁਬਾਰਾ ਜਿੱਤੇ। ਪਰ ਦੂਜੇ ਪਾਸੇ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਉੱਤੇ ਇਸ ਗੱਲ ਦਾ ਕੋਈ ਅਸਰ ਹੀ ਕੋਈ ਨਹੀਂ ਹੁੰਦਾ ਕਿ ਲੋਕਾਂ ਦੇ ਵਿੱਚ ਉਸਦੀ ਕੀ ਦਿੱਖ ਬਣਦੀ ਪਈ ਆ, ਲੋਕ ਉਸਨੂੰ ਕੀ ਕਹਿ ਰਹੇ ਆ, ਲੋਕ ਉਸਨੂੰ ਕਿਸ ਤਰੀਕੇ ਦੇ ਨਾਲ ਪੰਥ ਦਾ ਦੁਸ਼ਮਣ ਮੰਨਦੇ, ਜਾਂ ਕਿਸ ਤਰੀਕੇ ਨਾਲ ਉਹਨੇ ਬੀਤੇ ਦੌਰ 'ਚ ਉਹ ਘਟਨਾਵਾਂ ਕੀਤੀਆਂ ਜਿਨ੍ਹਾਂ ਦਾ ਸਿੱਧਾ ਸੰਬੰਧ ਰਾਮ ਰਹੀਮ ਨਾਲ ਜਾ ਜੁੜਦਾ, ਅਤੇ ਰਾਮ ਰਹੀਮ ਵੱਲੋਂ ਕੀਤੀਆਂ ਘਟਨਾਵਾਂ ਨੇ ਸਿੱਖ ਮਾਨਸਿਕਤਾ 'ਤੇ ਕਿਹੜੀ ਕਿਸ ਤਰੀਕੇ ਨਾਲ ਚੋਟ ਲਾਈ, ਇਹ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦੀ ਰੱਤਾ ਜਿੰਨੇ ਵੀ ਪਰਵਾਹ ਨਹੀਂ, ਉਹ ਆਪਣੀ ਉਸੇ ਜਿਸ ਤਰ੍ਹਾਂ ਹੀ ਕਹਿ ਸਕਦੇ ਕਿ ਤਾਕਤ ਜਾਂ ਸੱਤਾ ਦਾ ਨਸ਼ੇ ਦੇ ਵਿੱਚ ਹੀ ਉਹ ਉਤਰੀ ਜਾ ਰਿਹਾ। ਕਦੇ ਵੀ ਉਹਨੇ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਮੁਨਾਸਬ ਨਹੀਂ ਸਮਝੀ। ਇੱਕ ਤਾਂ ਲੁਧਿਆਣਾ ਵਿਖੇ ਰੈਲੀ 'ਚ ਉਹਨੇ ਜ਼ਰੂਰ ਇਹ ਨਿਕਲ ਗਈ ਕਿ ਚਲੋ ਜੀ ਅਸੀਂ ਮਾਫ਼ੀ ਮੰਗਦੇ, ਸਾਡੇ ਕੋਲ ਕੁਝ ਗਲਤੀਆਂ ਹੋ ਗਈਆਂ, ਬੇਅਦਬੀਆਂ ਸਾਡੇ ਦੌਰ 'ਚ ਹੋਈਆਂ, ਤਾਂ ਅਸੀਂ ਉਹਦੀ ਮਾਫ਼ੀ ਮੰਗਦੇ। ਤਾਂ ਹੁਣ ਜਦੋਂ ਇਹ ਗੱਲ ਆ ਗਈ ਕਿ ਬੇਅਦਬੀ ਤੁਹਾਡੇ ਦੌਰ 'ਚ ਹੋਈ, ਤਾਂ ਹੁਣ ਉਹ ਵਿਅਕਤੀ ਜਿਹੜੇ ਬੇਅਦਬੀਆਂ ਕਰਨ ਵਾਲੇ ਸੀ ਉਹਨਾਂ ਨੂੰ ਤੁਸੀਂ ਸ਼ੈਲਟਰ ਦਿੰਦੇ ਰਹੇ ਜੀ, ਹੁਣ ਕੀ ਚਾਹੀਦਾ? ਹੁਣ ਤੁਸੀਂ ਕੀ ਕਰੋਗੇ? ਹੁਣ ਕਾਹਦੀ ਮਾਫ਼ੀ ਮੰਗੋਗੇ? ਹੁਣ ਤਾਂ ਸਾਫ਼ ਤੌਰ 'ਤੇ ਇਹ ਗੱਲ ਕਲੀਅਰ ਹੋ ਗਈ ਕਿ ਤੁਸੀਂ ਕਿਤੇ ਨਾ ਕਿਤੇ ਬੇਬਦਬੀਆਂ ਦੇ ਮਸਲਿਆਂ ਦੇ ਵਿੱਚ ਦੋਸ਼ੀ ਹੋ, ਜਾਂ ਤੁਹਾਨੂੰ ਦੋਸ਼ ਲੋਕੀ ਜਿਹੜੇ ਮੀਨਸਾ ਵਰਗੇ ਨੇ ਉਹ ਤੁਹਾਨੂੰ ਸਿੱਧ ਕਰ ਰਹੇ ਕਿ ਤੁਹਾਡੇ ਸੰਬੰਧ ਹਨ। ਦੂਜੇ ਪਾਸੇ ਤੁਸੀਂ ਇਹ ਇੱਕ ਡਰ ਦਾ ਪ੍ਰਗਟਾਵਾ ਕਰਦੇ ਜੇ ਕਿ ਸਾਨੂੰ ਫੜ ਲੈਣਾ, ਸਾਨੂੰ ਫੜ ਦੇਣਾ, ਤੁਹਾਨੂੰ ਫੜ ਦੇਣਾ। ਤਾਂ ਜੇ ਸੁਖਬੀਰ ਸਿੰਘ ਨੂੰ ਇਸ ਗੱਲ ਦਾ ਡਰ ਆ, ਇਸ ਗੱਲ ਦਾ ਪਤਾ ਕਿ ਉਹਨਾਂ ਨੂੰ ਫੜ ਦੇਣਾ,
ਤਾਂ ਫਿਰ ਘੱਟੋ ਘੱਟ ਇਹਨਾਂ ਬਿਆਨਾਂ ਦੇ ਸੰਬੰਧੀ ਸਥਿਤੀ ਜਿਹੜੀ ਉਹਨਾਂ ਨੂੰ ਸਾਫ਼ ਕਰਨੀ ਚਾਹੀਦੀ ਹੈ ਕਿ ਹਾਂ ਭਾਈ ਇਹ ਬਿਆਨਾਂ ਦੇ ਸੰਬੰਧੀ ਕੋਈ ਵੀ ਸੱਚ ਦੇ ਸੰਬੰਧਿਤ ਸੱਚ ਦੇ ਨੇੜੇ ਨਹੀਂ, ਕੇਵਲ ਝੂਠ ਹੈ, ਝੂਠ ਦਾ ਪਲੰਦਾ ਕਹਿ ਲਓ, ਇੰਨੀ ਗੱਲ ਹੀ ਕਹਿ ਲਓ ਕਿ ਵਿਰੋਧੀਆਂ ਦੀ ਸਾਜਿਸ਼ ਹੈ, ਇਹ ਹੈ ਉਹ ਜਿਸ ਤਰੀਕੇ ਨਾਲ ਕਹਿੰਦੇ, ਪਰ ਸੁਖਬੀਰ ਬਾਦਲ ਇਸ ਮੁੱਦੇ 'ਤੇ ਕੁਝ ਵੀ ਨਹੀਂ ਬੋਲੇਗਾ ਜਿਸ ਤਰੀਕੇ ਨਾਲ ਉਹਨਾਂ ਪੁਰਾਣੇ ਦੌਰ 'ਚ ਲੀ ਰਿਹਾ। ਪਰ ਇਹਨਾਂ ਬਿਆਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਸੱਟ ਵੱਜੂਗੀ, ਉਸ 'ਤੇ ਗ੍ਰਾਫ ਤਾਂ ਅੱਗੇ ਡਿੱਗਾ, ਉਸ ਤੱਕ ਇਹੋ ਜਿਹੇ ਗੱਲਾਂ ਹੋਰ ਆਉਣ ਤਾਂ ਗ੍ਰਾਫ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਦੀਵਾ ਜਾਏਗਾ, ਲੋਕਾਂ ਦੀ ਕਚਹਿਰੀ ਦੇ ਵਿੱਚ ਸਵਾਲ ਸੁਖਬੀਰ ਬਾਦਲ ਨੂੰ ਕੀਤੇ ਜਾਣਗੇ। ਅਜੇ ਤਾਂ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਸਵਾਲ ਉਹਨਾਂ ਨੂੰ ਹੁੰਦੇ ਤੇ ਉਹ ਭੱਜਦੇ ਦਿਖਾਈ ਦਿੰਦੇ ਆ, ਤੇ ਜਦੋਂ ਇਹੋ ਜਿਹੀ ਮਾਨਸਿਕਤਾ ਸਿੱਖ ਮਾਨਸਿਕਤਾ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮਸਲਿਆਂ ਦੇ ਸੰਬੰਧੀ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਤਾਂ ਮੇਰਾ ਨਹੀਂ ਖਿਆਲ ਕਿ ਉਹ ਲੋਕਾਂ ਦੀ ਕਚਹਿਰੀ ਵਿੱਚ ਜ਼ਿਆਦਾ ਚਿਰ ਖਲੋ ਸਕੇ, ਉਹ ਭੱਜਣ ਵਾਸਤੇ ਮਜਬੂਰ ਹੋਵੇਗਾ। ਪਰ ਦੂਜੇ ਪਾਸੇ ਇਹ ਵੀ ਇੱਕ ਅਸੀਂ ਗੱਲ ਕਹਿ ਦੀ ਕਿ ਉਹ ਇਹੋ ਜਿਹਾ ਬੇਸ਼ਰਮ ਵਿਅਕਤੀ ਹੈ ਕਿ ਜਿਸ ਨੂੰ ਇਹਨਾਂ ਗੱਲਾਂ ਦੇ ਸੰਬੰਧੀ ਕੋਈ ਮਤਾ ਹੀ ਕੋਈ ਮੁੱਦਾ ਹੀ ਕੋਈ ਨਹੀਂ, ਇਹਨਾਂ ਗੱਲਾਂ ਦੇ ਸੰਬੰਧੀ ਮਤਲਬ ਹੀ ਕੋਈ ਨਹੀਂ, ਪਰਵਾਹ ਹੀ ਕੋਈ ਨਹੀਂ ਕਰਦਾ, ਉਹ ਕੇਵਲ ਇੱਕੋ ਧੋਨ ਰੱਖਦਾ ਕਿ ਹਾਂ ਅਸੀਂ ਪੰਜਾਬ ਦੇ ਅਸਲੀ ਵਾਰਸ ਹਾਂ, ਅਸੀਂ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਉਣੀ ਹੈ, ਲਾਲ ਡਾਇਰੀ ਮੈਂ ਲਿਖ ਲਈ ਹੈ, ਜਿਹੜਾ ਅਫਸਰ ਇੱਦਾਂ ਉਹ ਇਹੋ ਜਿਹੀਆਂ ਗੱਲਾਂ ਕਰਦਾ, ਜਿਹੜੇ ਅਸਲ ਮੁੱਦੇ ਨੇ ਉਹਨਾਂ ਦੇ ਸੰਬੰਧੀ ਕਦੇ ਵੀ ਉਹਨੇ ਕੋਈ ਗੱਲ ਨਹੀਂ ਕੀਤੀ। 83 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅਲੰਗ ਚੁੱਕਾ ਹੁਣ ਤੱਕ, ਔਰ ਸੁਖਬੀਰ ਸਿੰਘ ਬਾਦਲ ਸਭ ਤੋਂ ਇਸ ਤੋਂ ਅੱਗੇ ਆ। ਹੁਣ ਇਹੋ ਜਿਹੇ ਜਦੋਂ ਮੁੱਦੇ ਉੱਠ ਰਹੇ, ਚਾਹੀਦਾ ਤਾਂ ਇਹ ਹੈ ਕਿ ਇਹਨਾਂ ਮੁੱਦਿਆਂ ਦੇ ਸੰਬੰਧੀ ਗੱਲ ਕੀਤੀ ਜਾਵੇ, ਪਰ ਉਸਨੇ ਕੋਈ ਨਹੀਂ ਕਰਦੀ, ਨਾ ਕੋਈ ਗੱਲ ਕਰਦੀ, ਉਹ ਇੱਕੋ ਚੀਜ਼ ਆ। ਪਰ ਘੱਟੋ ਘੱਟ ਤੁਸੀਂ ਉਸ ਪਾਰਟੀ ਦੇ ਪ੍ਰਧਾਨ, ਜਿਹੜੀ ਪਾਰਟੀ ਪੰਥਕ ਪਾਰਟੀ ਕਹਿੰਦੀ ਹੈ, ਗੁਰਦੁਆਰੇ ਦੀ ਸੇਵਾ ਸੰਭਾਲ ਵਾਸਤੇ ਪਾਰਟੀ ਕਹਿੰਦੀ ਹੈ, ਜੇਕਰ ਇਹੋ ਜਿਹਾ ਕਹਿੰਦੀ ਹੈ ਤੇ ਮਾਨ ਸਾਹਿਬ, ਜੇਕਰ ਇਹੋ ਜਿਹਾ ਬਿਆਨ ਕਿਸੇ ਹੋਰ ਪਾਰਟੀ ਦੇ ਨੇਤਾ ਦੇ ਸੰਬੰਧ ਦੇ ਵਿੱਚ ਆਇਆ ਹੁੰਦਾ ਤੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਫੀਲੇ ਵਾਲੇ ਆ, ਵਲਟੋਈ ਵਰਗੇ ਜਾਂ ਹੋਰ ਦਲਜੀਤ ਸਿੰਘ ਚੀਮੇ ਵਰਗੇ ਬੰਦੇ, ਇਹਨਾਂ ਨੇ ਝੱਟ ਅਕਾਲ ਤਖ਼ਤ ਸਾਹਿਬ ਜਾ ਕੇ ਸ਼ਿਕਾਇਤ ਕਰ ਦੇਣੀ ਸੀ ਕਿ ਵੇਖੋ ਜੀ ਇਹਨਾਂ ਮਸਲੇ ਦੀ ਜਾਂਚ ਹੋਣੀ ਚਾਹੀਦੀ ਆ, ਤਨਖਾਹ ਯਾਰ ਸਿੱਖ ਪੰਥ, ਇਹੋ ਜਿਹੇ ਮੁੱਦੇ ਇਹਨਾਂ ਨੇ ਮਿੰਟੋ ਮਿੱਟੀ ਪੇਸ਼ ਕਰਨੇ ਸੀ ਸ਼੍ਰੋਮਣੀ ਅਕਾਲੀ ਦਲ ਉੱਥੇ ਅਕਾਲ ਤਖ਼ਤ ਸਾਹਿਬ ਕੇ, ਤੇ ਕਿਉਂਕਿ IGPC ਇਹਨਾਂ ਦੀ ਹੈ, ਮਿੰਟੋ ਮਿੱਟੀ ਕਾਰਵਾਈ ਜਿਹੜੀ ਹੋ ਜਾਣੀ ਸੀ, ਹਾਂ ਹਾਂ ਅਸਤੀਫਾ ਮੰਗਣਾ ਚਾਹੀਦਾ, ਇਸ ਬੰਦੇ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ। ਪਰ ਤੁਸੀਂ ਦੇਖਿਓ ਕਿਸੇ ਵਿਅਕਤੀ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਬੀਬੀ ਮੀਮਸਾ ਦੇ ਇਹਨਾਂ ਬਿਆਨਾਂ ਸੰਬੰਧੀ ਕੋਈ ਵੀ ਗੱਲ ਨਹੀਂ ਕਰਦੀ, ਘੱਟੇ ਘੁੱਟੀਆਂ ਮਸਲਾ ਜਿਹੜਾ ਰੱਦ ਹੋ ਜਾਣਾ। ਤੇ ਮੈਂ ਗੱਲ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਪੰਥਕ ਪਾਰਟੀ ਜਿਹੜੀ ਗੁਰਦੁਆਰੇ ਦੀ ਸੇਵਾ ਸੰਭਾਲ ਸਿੱਖ ਧਰਮ ਪੰਥ ਦੀ ਗੱਲ ਕਰਦੀ ਆ, ਤੇ ਜੇਕਰ ਪੰਥ ਦੀ ਪਿੱਠ 'ਚ ਸੁਖਬੀਰ ਬਾਦਲ ਵਰਗੇ ਬੰਦਿਆਂ ਨੇ ਛੁਰਾ ਮਾਰਿਆ ਤਾਂ ਫਿਰ ਲੋਕਾਂ ਨੇ ਤਾਂ ਫਿਰ ਇਸਦਾ ਜਿਹੜਾ ਲੋਕ ਇਸਦਾ ਜ਼ਰੂਰ ਆਪਾਂ ਕਹਿ ਸਕਦੇ ਕਿ ਇਸਦੀ ਸਜ਼ਾ ਜਿਹੜੀ ਲੋਕ ਇਸਨੂੰ ਜ਼ਰੂਰ ਦੇਣਗੇ, ਜਿਸ ਤਰੀਕੇ ਨਾਲ ਪਿੱਠ 'ਚ ਛੁਰਾ ਸੁਖਬੀਰ ਸਿੰਘ ਮਾਰਿਆ ਜਾਂ ਜਿਸ ਤਰੀਕੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ, ਤਾਂ ਲੋਕ ਕਦੇ ਵੀ ਪੰਜਾਬ ਦੇ ਸੁਖਬੀਰ ਬਾਦਲ ਨੂੰ ਇਸ ਕਰਕੇ ਮਾਫ਼ ਨਹੀਂ ਕਰਨਗੇ ਕਿ ਉਸਨੇ ਕੀ ਕੀਤਾ। ਬਾਕੀ ਇਹ ਗੱਲ ਜ਼ਰੂਰ ਆ ਕਿ ਜੇਕਰ ਇਹ ਗੱਲ ਝੂਠੀ ਵੀ ਆ ਤਾਂ ਵੀ ਸੁਖਬੀਰ ਬਾਦਲ ਨੂੰ ਇਹਦੇ ਸੰਬੰਧੀ ਆਪਣਾ ਵਰਸ਼ਨ ਜਿਹੜਾ ਦੇਣਾ ਚਾਹੀਦਾ, ਜੇ ਸੱਚੀ ਆ ਤਾਂ ਵੀ ਆਪਣਾ ਪੱਖ ਜਿਹੜਾ ਉਹ ਮੀਡੀਆ ਸਾਹਮਣੇ ਦੇਣਾ ਚਾਹੀਦਾ, ਲੋਕਾਂ ਦੇ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ, ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਿਹੜਾ ਉਹ ਸਾਫ਼ ਹੋ ਸਕੇ, ਨਿਤਰ ਸਕੇ। ਜੀ ਮਾਨ ਸਾਹਿਬ ਬਿਲਕੁਲ ਸਰ ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਆਉਣਾ ਚਾਹੀਦਾ, ਉਹਨਾਂ ਦੇ ਜਿਹੜੇ ਵੱਡੇ ਕੱਦਵਾਰ ਨੇਤਾ ਨੇ ਉਹਨਾਂ ਨੂੰ ਇਸ ਪ੍ਰਤੀ ਸਫਾਈ ਦੇਣੀ ਚਾਹੀਦੀ ਹੈ ਵੀ ਮੀਮਸਾ ਦੇ ਬਿਆਨ ਬੇਬੁਨਿਆਦ ਨੇ ਜਾਂ ਇਹਨਾਂ ਦੇ ਵਿੱਚ ਕੋਈ ਸੱਚਾਈ, ਇਸ ਬਾਰੇ ਕਲੀਅਰ ਕਰਨਾ ਚਾਹੀਦਾ ਲੋਕਾਂ ਨੂੰ, ਕਿਉਂਕਿ ਮਸਲਾ ਬਹੁਤ ਵੱਡਾ ਹੈ, ਬੇਅਦਬੀ ਦੇ ਨਾਲ ਜੁੜਿਆ ਹੋਇਆ। ਲੇਕਿਨ ਦੂਸਰੇ ਪਾਸੇ ਹੁਣ ਜੇ ਹਰਸਿਮਰਤ ਕੌਰ ਬਾਦਲ ਦੀ ਗੱਲ ਕਰੀਏ, ਉਹ ਭਾਵੇਂ ਕੱਲ ਇਸ ਮੁੱਦੇ ਉੱਪਰ ਤਾਂ ਬਿਲਕੁਲ ਬੋਲੇ ਨਹੀਂ, ਕੋਈ ਸਫਾਈ ਦਿੱਤੀ ਜਾਂ ਇਸ ਪੱਖ ਦੀ ਕੋਈ ਗੱਲ ਹੀ ਨਹੀਂ ਕੀਤੀ, ਆਪਣਾ ਪੱਖ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਲੇਕਿਨ ਹਾਂ, ਕੱਲ ਉਹ ਕੇਜਰੀਵਾਲ ਅਤੇ ਚਰਨਜੀਤ ਸਿੰਘ ਚੰਨੀ CM ਪੰਜਾਬ ਦੇ ਉੱਪਰ ਵਰਦੇ ਨਜ਼ਰ ਆਏ ਨੇ, ਜਿੱਥੇ ਉਹਨਾਂ ਨੇ ਕੇਜਰੀਵਾਲ ਨੂੰ ਟਿਕਟਾਂ ਦਾ ਚੋਰ ਕਿਹਾ। ਉਹਨਾਂ ਨੇ ਕਿ ਕੇਜਰੀਵਾਲ ਨੂੰ, ਉਹਨਾਂ ਨੇ ਕੇਜਰੀਵਾਲ ਬਾਰੇ ਬੋਲਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਜਾਂ ਪੰਜਾਬ ਦੇ ਮੁੱਦਿਆਂ ਨਾਲ ਕੋਈ ਮਤਲਬ ਨਹੀਂ, ਉਹ ਜਿਸ ਵੀ ਸੂਬੇ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਉੱਥੇ ਆਪਣੀ ਟੀਮ ਲੈ ਕੇ ਪਹੁੰਚ ਜਾਂਦੇ ਨੇ, ਮਹੀਨਾ 15 ਦਿਨ ਚੋਣ ਪ੍ਰਚਾਰ ਕਰਦੇ ਨੇ ਤੇ ਉੱਥੇ ਟਿਕਟਾਂ ਵੇਚ ਕੇ ਉਮੀਦਵਾਰ ਖੜੇ ਕਰਦੇ ਤੇ ਪੈਸੇ ਬਣਾ ਕੇ ਦਿੱਲੀ ਵਾਪਸ ਪਹੁੰਚ ਜਾਂਦੇ ਨੇ। ਵੱਡਾ ਬਿਆਨ ਦਿੱਤਾ ਹੈ ਕੇਜਰੀਵਾਲ ਬਾਰੇ। ਤੇ ਦੂਸਰੇ ਪਾਸੇ CM ਚੰਨੀ ਦੀ ਗੱਲ ਕਰਦੇ, ਉਹਨਾਂ ਨੇ ਕਿਹਾ ਕਿ ਇਹ ਕੋਈ ਕੰਮ ਨਹੀਂ ਕਰ ਰਹੇ, ਇਹ ਸਿਰਫ ਔਰ ਸਿਰਫ ਐਲਾਨ ਕਰ ਰਹੇ ਨੇ। ਐਲਾਨ ਤਾਂ ਇਹ ਬਹੁਤ ਵੱਡੇ ਵੱਡੇ ਕਰ ਰਹੇ ਨੇ, ਲੋਕ ਦਿਖਾ ਬਹੁਤ ਵੱਡਾ ਵੱਡਾ ਕਰ ਰਹੇ ਨੇ, ਲੇਕਿਨ ਸੱਚਾਈ ਕੁਛ ਨਹੀਂ। ਇਹਨਾਂ ਦੇ ਐਲਾਨ ਸਿਰਫ ਐਲਾਨ ਨੇ, ਇਹ ਸਿਰਫ ਔਰ ਸਿਰਫ ਹਵਾ ਦੇ ਵਿੱਚ ਗੱਲਾਂ ਕਰਦੇ ਨੇ। ਜ਼ਮੀਨੀ ਪੱਧਰ ਤੇ CM ਚੰਨੀ ਬਿਲਕੁਲ ਜ਼ੀਰੋ ਨੇ। ਕਿਵੇਂ ਦੇਖ ਰਹੇ ਹੋ ਦੋ ਵੱਡੇ ਨੇਤਾਵਾਂ ਦੇ ਉੱਪਰ ਵੱਡੇ ਹਮਲੇ, ਕਿਵੇਂ ਦੇਖ ਰਹੇ ਹੋ ਇਹਨਾਂ ਬਿਆਨਾਂ ਨੂੰ, ਕੇਜਰੀਵਾਲ ਦੀ ਭੂਮਿਕਾ ਨੂੰ ਕਿਵੇਂ ਦੇਖ ਰਹੇ ਹੋ, ਤੇ ਨਾਲ ਹੀ ਨਾਲ CM ਚੰਨੀ ਦਾ ਧਰਾਤਲ ਦੇ ਉੱਪਰ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਵਿਵਹਾਰ ਬਣਦਾ ਜਾ ਰਿਹਾ, ਕਿਵੇਂ ਦੇਖ ਰਹੇ ਹੋ ਵੱਡੇ ਬਿਆਨ? ਦੇਖੋ ਬੀਬੀ ਹਰਸਿਮਰਤ ਕੌਰ ਬਾਦਲ ਨੇ ਤੁਸੀਂ ਕਿਹਾ ਕਿ ਕੱਲ ਉਹਨੇ ਪ੍ਰੈਸ ਦਰਮਿਆਨ ਆਪਣਾ ਇਸ ਸੰਬੰਧੀ ਕੋਈ ਪੱਖ ਨਹੀਂ ਰੱਖਿਆ। ਬੀਬੀ ਹਰਸਿਮਰਤ ਕੌਰ ਬਾਦਲ ਵੀ ਥੋੜ੍ਹਾ ਜਿਹਾ ਨਾ ਲੋੜ ਤੋਂ ਵੱਧ ਬੋਲ ਜਾਂਦੇ ਆ ਇਹ ਤੋਂ, ਤੇ ਕਈ ਵਾਰੀ ਜਿਹਨਾਂ ਮੁੱਦਿਆਂ ਦੀ ਉਹਨਾਂ ਨੇ ਗੱਲ ਕਰਦੀ ਹੁੰਦੀ ਉਹਨਾਂ ਮੁੱਦਿਆਂ ਸੰਬੰਧੀ ਉਹ ਕਹਿ ਦਿੱਤੇ ਮੈਨੂੰ ਪਤਾ ਹੀ ਨਹੀਂ। ਤੁਹਾਨੂੰ ਯਾਦ ਹੋਵੇ
ਤਾਂ ਉਹ ਐਕਸੀਡੈਂਟ ਹੋ ਗਿਆ, ਕਨੈਕਟਰ ਨੇ ਬੱਸ ਦੇ ਵਿੱਚੋਂ ਉਹ ਲੜਕੀ ਨੂੰ ਧੱਕਾ ਦੇ ਦਿੱਤਾ ਤਾਂ ਉਹ ਲੜਕੀ ਦੀ ਮੌਤ ਹੋ ਗਈ। ਕਾਰਪੋਰੇਟ ਬੱਸ ਸੀ ਬਾਦਲਾਂ ਦੀ ਬੱਸ, ਤਾਂ ਰੌਲਾ ਮੀਡੀਆ ਦੇ ਵਿੱਚ ਪਿਆ। ਤਾਂ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਕਿਸ ਨੇ ਦਿੱਲੀ ਵਿਖੇ ਪੁੱਛਿਆ ਜੀ ਹਾਂਜੀ, ਉਹ ਕਹਿੰਦੀ ਸਾਨੂੰ ਤਾਂ ਪਤਾ ਹੀ ਨਹੀਂ ਕਿ ਸਾਡੀ ਬੱਸ ਵੀ ਕੋਈ ਹੈਗੀ। ਇੱਥੋਂ ਤੱਕ ਬੀਬੀ ਹਰਸਿਮਰਤ ਕੌਰ ਨੇ ਝੂਠ ਬੋਲਦਾ ਸੀ। ਦੂਜੇ ਪਾਸੇ ਵੱਡੇ ਬਾਦਲ ਸਾਹਿਬ ਕਹਿ ਰਹੇ ਕਿ ਹਾਂ ਉਹ ਸਾਡੀ ਬੱਸ ਆ, ਅਤੇ ਬੀਬੀ ਹਰਸਿਮਰਤ ਕੌਰ ਬਾਦਲ ਕਹਿ ਰਹੀ ਸੀ ਕਿ ਮੈਨੂੰ ਪਤਾ ਹੀ ਨਹੀਂ ਇਹ ਸਾਡੀਆਂ ਬੱਸਾਂ ਵੀ ਆ, ਸਾਡੀ ਬੱਸ ਨਹੀਂ ਹੈਗੀ। ਉਹਨੂੰ ਪਤਾ ਹੀ ਨਹੀਂ ਕਿ ਸਾਡੀ ਬੱਸ ਹੈਗੀ, ਇਹ ਸਾਫ ਸੀ ਕਿ ਸਾਨੂੰ ਨਹੀਂ ਪਤਾ ਸਾਡੀ ਕੋਈ ਬੱਸ ਵੀ ਹੈਗੀ। ਸੋ ਬੀਬੀ ਹਰਸਿਮਰਤ ਬਾਦਲ ਦੇ ਬਿਆਨ ਜਿਹੜੇ ਨੇ ਠੀਕ ਆ, ਉਹ ਕਦਾਵਰ ਨੇਤਾ ਨੇ, ਕਦਾਵਰ ਨੇਤਾ ਸਿਰਫ ਇਸ ਕਰਕੇ ਨੇ ਕਿਉਂਕਿ ਉਹਨਾਂ ਨੂੰ ਇਹ ਜਿਹੜਾ ਐਮ ਪੀ ਸ਼ਿਪ ਜਿਹੜੀ ਮਿਲੀ ਆ ਉਸ ਖਾਨਦਾਨ ਕਰਕੇ ਮਿਲੀ ਆ, ਉਸ ਸਿਆਸੀ ਪਰਿਵਾਰ ਕਰਕੇ ਤੋਹਫੇ ਦੇ ਰੂਪ 'ਚ ਮਿਲ ਗਈ। ਕਿ ਜਿਹੜਾ ਸਿਆਸੀ ਪਰਿਵਾਰ ਬੀਤੇ 30 ਜਾਂ 40 ਸਾਲਾਂ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਹੈ, ਜੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੈਸੇ ਕਿਸੇ ਹਾਲ ਇਸ ਪਰਿਵਾਰ ਦੀ ਨਾ ਹੁੰਦਾ ਤਾਂ ਫਿਰ ਪਤਾ ਲੱਗਦਾ ਕਿ ਉਹਨਾਂ ਦੀ ਅਸਲ ਸਥਿਤੀ ਕੀ ਹੈ, ਕਿ ਆਮ ਆਦਮੀ ਪਾਰਟੀ ਜਾਂ ਚਰਨਜੀਤ ਸਿੰਘ ਚੰਨੀ ਮਾਫ਼ ਕਰਦਾ ਕਿ ਅਰਵਿੰਦ ਕੇਜਰੀਵਾਲ ਟਿਕਟਾਂ ਵੇਚਦਾ ਜਾਂ ਨਹੀਂ ਵੇਚਦਾ ਜਾਂ ਕੀ ਕਰਦਾ ਜਾਂ ਕੀ ਨਹੀਂ ਕਰਦਾ। ਸੋ ਇਹੋ ਜਿਹੜੇ ਬਿਆਨ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਪਿਛਲੇ ਦੌਰ 'ਚ ਵੀ ਬੜੇ ਹੁੰਦੇ ਆ, ਇਹ ਬੜੇ ਗੰਭੀਰ ਇਲਜ਼ਾਮ ਨੇ। ਪਿਛਲੇ ਜੀ ਉਹਨੇ ਇੱਕ ਇਲਜ਼ਾਮ ਲਾਇਆ, ਬੜਾ ਦਿਲਚਸਪ ਇਲਜ਼ਾਮ ਸੀ ਭਗਵੰਤ ਮਾਨ ਦੇ, ਕਿ ਭਗਵੰਤ ਮਾਨ 11 ਵਜੇ ਸ਼ਰਾਬ ਦੀ ਬੋਤਲ ਖੋਲ੍ਹ ਲੈਂਦਾ। ਤਾਂ ਜਦੋਂ ਇਹ ਗੱਲ ਭਗਵੰਤ ਮਾਨ ਨੂੰ ਪੁੱਛੀ ਪੱਤਰਕਾਰਾਂ ਨੇ ਕਿ ਹਾਂਜੀ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਹੈ ਕਿ ਤੁਸੀਂ 11 ਵਜੇ ਸ਼ਰਾਬ ਦੀ ਬੋਤਲ ਖੋਲ੍ਹ ਲੈਂਦੇ, ਤਾਂ ਅੱਗੋਂ ਉਹ ਤਾਂ ਪ੍ਰਤੀਕਰਮ ਸਿੰਘ ਹੈ, ਉਹਨੂੰ ਕਿੱਦਾਂ ਪਤਾ। ਮਤਲਬ ਇੱਦਾਂ ਦੀਆਂ ਗੱਲਾਂ ਭਗਵੰਤ ਮਾਨ ਦੇ ਸੰਬੰਧੀ ਵੀ ਗੱਲਾਂ ਕੀਤੀਆਂ, ਤਾਂ ਭਗਵੰਤ ਮਾਨ ਨੇ ਫਿਰ ਜਿਸ ਤਰੀਕੇ ਨਾਲ ਚੁਟਕੀ ਲਈ ਸੀ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਫਿਰ ਕੋਈ ਜਵਾਬ ਨਹੀਂ ਸੀ ਆਇਆ। ਕਹਿਣ ਦਾ ਅਰਥ ਕਿ ਵੱਡੇ ਵੱਡੇ ਇਲਜ਼ਾਮ ਇਹ ਲਾ ਲੈਣੇ, ਇਸ ਪਰਿਵਾਰ ਦੀ ਇੱਕ ਸਮੱਸਿਆ ਹੈ ਬੀਬੀ ਹਰਸਿਮਰਤ ਕੌਰ ਔਰ ਸੁਖਬੀਰ ਸਿੰਘ ਬਾਦਲ ਦੀ। ਇੱਕ ਮੈਨੂੰ ਇਸ ਤਰ੍ਹਾਂ ਦੀ ਇੱਕ ਇਹਨਾਂ ਨੂੰ ਜਦੋਂ ਮੈਂ ਇਹਨਾਂ ਦੀ ਵਲਡਿੰਗ 'ਚ ਬਿਆਨ ਸੁਣਨਾ ਤਾਂ ਮੈਨੂੰ ਇਹਨਾਂ ਦੇ ਪਰਿਵਾਰ ਦੀ ਇੱਕ ਸਮੱਸਿਆ ਇਹ ਨਜ਼ਰ ਆਉਂਦੀ, ਖਾਸ ਤੌਰ 'ਤੇ ਇਹਨਾਂ ਦੋਵਾਂ ਦੇ ਵਿਚਕਾਰ, ਕਿਉਂਕਿ ਇਹ ਇਹ ਗੱਲ ਨੂੰ ਸਮਝਦੇ ਕਿ ਸਭ ਤੋਂ ਵੱਧ ਸਿਆਣੇ ਜਿਹੜੇ ਅਸੀਂ ਹਾਂ, ਸਭ ਤੋਂ ਵੱਧ ਰਾਜਨੀਤਿਕ ਅਸੀਂ ਹਾਂ, ਰਾਜਨੀਤੀ ਚੋਣ ਰਣਨੀਤੀਵਾਨ ਅਸੀਂ ਹਾਂ, ਸਭ ਤੋਂ ਵੱਧ ਕੋਈ ਸਿਆਣਾ ਨਹੀਂ ਰਾਜਨੀਤਿਕ ਖੇਤਰ 'ਚ। ਪੰਜਾਬ ਦੇ ਵਿੱਚ ਅਸਲੀ ਵਾਰਸ ਜੇਕਰ ਅਸੀਂ ਹੈਗੇ ਹਾਂ ਤਾਂ ਅਸੀਂ ਕੇਵਲ ਦੋਵੇਂ ਮੀਆਂ ਬੀਬੀ ਹਾਂ, ਕਿਉਂਕਿ ਇਹਨਾਂ 'ਤੇ ਜਦੋਂ ਵੀ ਬਿਆਨ ਹੋਣਗੇ ਤੁਸੀਂ ਇਹਨਾਂ ਬਿਆਨਾਂ ਦਾ ਵਿਸ਼ਲੇਸ਼ਣ ਕਰੋ ਦੋਵਾਂ ਮੀਆਂ ਬੀਬੀ ਦੇ, ਤਾਂ ਇਹਨਾਂ ਮੀਆਂ ਬੀਬੀ ਦੇ ਬਿਆਨਾਂ ਦੇ ਵਿੱਚ ਹਮੇਸ਼ਾ ਇੱਕ ਮੈਂ ਜਿਹੜੀ ਹੁੰਦੀ ਆ ਉਹ ਤੁਹਾਨੂੰ ਦਿਖਾਈ ਦੇ ਕਿ ਪਾਰਟੀ ਦੀ ਗੱਲ ਘੱਟ ਹੁੰਦੀ ਹੈ। ਹਮੇਸ਼ਾ ਉਹਨਾਂ ਨੂੰ ਇੱਦਾਂ ਲੱਗਦਾ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਹੀ ਅੰਤਮ ਸੱਚ ਹੈਗਾ। ਜੇ ਪੰਜਾਬ ਦੇ ਭਲੇ ਵਾਸਤੇ ਕੋਈ ਬੰਦਾ ਗੱਲ ਕਰ ਸਕਦਾ ਤਾਂ ਕੇਵਲ ਸੁਖਬੀਰ ਸਿੰਘ ਬਾਦਲ ਕਰ ਸਕਦਾ। ਹਰਸਿਮਰਤ ਕੌਰ ਬਾਦਲ ਵੱਲੋਂ ਹੁੰਦਾ ਕਿ ਜੇਕਰ ਕੋਈ ਵੀ ਪੰਜਾਬ ਦੇ ਮੁੱਦਿਆਂ ਦੇ ਸੰਬੰਧੀ ਗੱਲ ਕਰਨੀ ਹੈ ਤਾਂ ਉਹ ਸਿਰਫ ਮੈਂ ਕਰ ਸਕਦੀ ਹਾਂ। ਅਤੇ ਹਾਲਾਂਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਇਤਿਹਾਸ ਜਿਹੜਾ ਇਹੋ ਜਿਹਾ ਰਿਹਾ, ਬੀਤੇ ਦੌਰ 'ਚ ਜਿੰਨੀ ਕਿਸਾਨਾਂ ਦੇ ਸੰਦਰਭ 'ਚ ਇਹਨੇ ਕਿਸਾਨ ਇਹਨਾਂ ਨੇ ਗੱਦਾਰੀ ਕੀਤੀ ਆ, ਉਹ ਵੱਡੇ ਬਾਦਲ ਕੋਲ ਜਾਂਦੀ ਉਮਰੇ ਉਹਨਾਂ ਦੇ ਮੂੰਹ 'ਤੇ ਵੀ ਕਾਲ ਕੇ ਇਹਨਾਂ ਨੇ ਪਰਵਾਈ, ਕਿਹਾ ਕਿ ਜਦੋਂ ਕਿਸਾਨੀ ਅੰਦੋਲਨ ਕਿਸਾਨਾਂ ਜਿਹੜੇ ਬਿੱਲ ਸੀ ਉਹਨਾਂ ਦੇ ਹੱਕ ਵਿੱਚ ਜਦੋਂ ਬਾਦਲ ਸਾਹਿਬ ਕੋਲ ਸਪੀਚ ਦਵਾਈ, ਉਹ ਸੁਖਬੀਰ ਬਾਦਲ ਨੂੰ ਹਰਸਿਮਰਤ ਕੌਰ 'ਤੇ ਦਵਾਈ। ਤਾਂ ਹੁਣ ਜੇਕਰ ਬੀਬੀ ਹਰਸਿਮਰਤ ਕੌਰ ਅਰਵਿੰਦ ਕੇਜਰੀਵਾਲ 'ਤੇ ਇਲਜ਼ਾਮ ਲਾ ਰਹੀ ਹੈ ਕਿ ਉਹ ਚੋਣਾਂ 'ਚ ਪਹੁੰਚ ਜਾਂਦੇ ਨੇ, ਪੈਸੇ ਲੈ ਕੇ ਚਲੇ ਜਾਂਦੇ ਨੇ, ਇਹ ਤਾਂ ਫਿਰ ਬੀਬੀ ਕੌਰ ਨੂੰ ਪਤਾ ਹੋ ਸਕਦਾ ਕਿ ਉਹ ਕਿੰਨੇ ਕੁ ਪੈਸੇ ਉਹਨੇ ਅੱਜ ਤੱਕ ਲਏ ਨੇ। ਅਤੇ ਪੰਜਾਬ ਦੇ ਵਿੱਚ ਅਸੀਂ ਪਹਿਲੀ ਗੱਲ ਕਹਿ ਰਹੇ ਕਿ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨਹੀਂ ਹੈਗੇ, ਅਸੀਂ ਸਪੋਕਸਮੈਨ ਨਹੀਂ ਬੁਲਾਰੇ ਨਹੀਂ ਹਾਂ, ਪਰ ਕੇਵਲ ਫਿਰ ਵੀ ਕਿ ਇਹੋ ਜਿਹੜੇ ਬਿਆਨ ਨੇ ਬਿਨਾਂ ਸਿਰ ਪੈਰ ਤੋਂ ਦੇਈ ਜਾਣੀ, ਮੇਰਾ ਨਹੀਂ ਖਿਆਲ ਕਿ ਇਹਨਾਂ ਦਾ ਕੋਈ ਅਰਥ ਹੈਗਾ। ਕੱਲ੍ਹ ਨੂੰ ਉਹ ਵੀ ਕਹਿ ਦੇਣਗੇ ਸ਼੍ਰੋਮਣੀ ਅਕਾਲੀ ਦਲ ਨੇ ਟਿਕਟਾਂ ਵੇਚੀਆਂ ਨੇ, ਇਹ ਵੀ ਗੱਲ ਕਹਿ ਸਕਦੇ ਜੇ ਇਹੋ ਜਿਹੇ ਬਿਆਨ ਤਾਂ ਹੋਣ ਸਕਦੇ। ਹਾਂ, ਜਿਹੜਾ ਦੂਜਾ ਬਿਆਨ ਚਰਨਜੀਤ ਸਿੰਘ ਚੰਨੀ ਦੇ ਉਹਨਾਂ ਨੇ ਦਿੱਤਾ ਕਿ ਉਹ ਐਲਾਨ ਮੰਤਰੀ ਹੈ, ਚਲੋ ਐਲਾਨ ਮੰਤਰੀ ਸੀ, ਐਲਾਨ ਤਾਂ ਚਲੋ ਕਰਦਾ, ਜਿੱਥੋਂ ਤੱਕ ਹੁਣ ਉਹ ਇਹ ਇਹਨਾਂ 40-50 ਦਿਨਾਂ ਦੇ ਵਿੱਚ ਜਿਹੜੇ ਉਹਨੇ ਐਲਾਨ ਕੀਤੇ ਨੇ, ਘੱਟ ਤੋਂ ਘੱਟ ਵਿਧਾਨ ਸਭਾ ਦੇ ਵਿੱਚ ਉਹਨੇ ਬਿੱਲ ਲਿਆ ਕੇ ਵੀ ਪਾਸ ਕੀਤੇ, ਕਿਹੜੇ ਐਲਾਨ ਉਹਨਾਂ ਦੀ ਗੱਲ ਕੀਤੀ, ਜੇਕਰ ਬਿਜਲੀ ਦੇ ਬਿੱਲ ਘੱਟ ਹੋਏ ਨੇ ਤਾਂ ਕੀਤੇ ਨੇ ਉਸ ਬੰਦੇ ਨੇ ਸਾਹਮਣੇ, ਜੇਕਰ 36,000 ਮੁਲਾਜ਼ਮਾਂ ਨੂੰ ਉਹਨੇ ਪੱਕਿਆਂ ਕੀਤਾ ਤਾਂ ਉਹਨੇ ਕੀਤਾ, ਉਹਦਾ ਵਿਧਾਨ ਸਭਾ 'ਚ ਬਿੱਲ ਪਾਸ ਹੋ ਗਿਆ। ਹੁਣ ਇਸ ਤੋਂ ਬਾਅਦ ਐਲਾਨ ਕਿਹੜੇ ਕੀਤੇ ਨੇ, PPA ਦਾ ਸਮਝੌਤਾ ਉਹਨੇ ਰੱਦ ਕੀਤਾ, ਜਾ ਕੇ ਉਹ ਟ੍ਰਿਬਿਊਨਲ ਕੋਲ ਪਹੁੰਚ ਗਿਆ, ਤੁਸੀਂ 10 ਸਾਲ ਜਦੋਂ ਤੁਹਾਡੀ ਸਰਕਾਰ ਰਹੀ ਹੈ ਤੁਸੀਂ ਕੀ ਕੀਤਾ, ਤੁਸੀਂ ਉਹਨਾਂ ਮੁਲਾਜ਼ਮ ਜਿਹੜੇ ਉਹ 2010 ਦੀ ਭਰਤੀ ਹੋਈ ਹੈ ਤੁਹਾਡੇ ਕਾਲਜ, ਉਹ 2017 ਤੱਕ ਭਰਤੀ ਨਹੀਂ ਹੋ ਸਕੇ, ਤੁਸੀਂ ਉਹਨਾਂ ਨੂੰ ਪੱਕਿਆ ਕਰਦਾ ਨੋਟੀਫਿਕੇਸ਼ਨ ਜਾਰੀ, ਐਲਾਨ ਤੁਸੀਂ ਕੀਤਾ ਰਾਤ ਨੂੰ, ਤੁਹਾਨੂੰ ਪਤਾ ਸੀ ਅਗਲੇ ਦਿਨ ਕੋਡ ਆਫ ਕੰਡਕਟ ਲੱਗ ਜਾਣਾ, ਤੁਸੀਂ ਸਾਈਟ 'ਤੇ ਹੋ ਗਏ। ਸੋ ਬੀਬੀ ਹਰਸਿਮਰਤ ਕੌਰ ਉਹਨਾਂ ਨੂੰ ਇਹ ਚਾਹੀਦਾ ਕਿ ਇਹੋ ਜਿਹੜੇ ਬਿਆਨ ਨੇ ਕਿ ਕੋਈ ਕਿੰਤੂ ਪ੍ਰੰਤੂ ਕਰਨਾ ਬਹੁਤ ਸੌਖਾ ਹੁੰਦਾ, ਕਿਸੇ 'ਤੇ ਵੀ ਕਿੰਤੂ ਪ੍ਰੰਤੂ ਅਸੀਂ ਕਰ ਸਕਦੇ ਜਿਸ ਤਰ੍ਹਾਂ ਅਸੀਂ ਇੱਥੇ ਬਹਿ ਕੇ ਹਰ ਬੰਦੇ ਦਾ ਵਿਸ਼ਲੇਸ਼ਣ ਕਰਨ ਡੇ ਹਾਂ। ਤਾਂ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਇਹ ਸਮੱਸਿਆ ਇਹੋ ਹੀ ਹੈ ਕਿਉਂਕਿ ਉਹ ਸੱਤਾ ਤੋਂ ਹੁਣ ਲਾਂਭੇ ਨੇ, ਸੱਤਾ ਤੋਂ ਲਾਂਭੇ ਨੇ, ਨਾ ਤਾਂ ਉੱਥੇ ਕੇਂਦਰ ਦੇ ਵਿੱਚ ਉਹਨਾਂ ਦੀ ਕੋਈ ਪੁੱਛਗਿੱਛ ਹੈ ਤਾਂ ਨਾ ਹੀ ਪੰਜਾਬ 'ਚ, ਅਤੇ ਅੱਗੇ ਜਿਹੜੀ 2022 ਦੀਆਂ ਚੋਣਾਂ ਆ ਰਹੀਆਂ ਉਹਦੇ ਵਿੱਚ ਵੀ ਉਹਨਾਂ ਨੂੰ ਆਪਣੀ ਜਿਹੜੀ ਸਥਿਤੀ ਆ ਉਹ ਕੋਈ ਇੰਨੀ ਵਧੀਆ ਨਜ਼ਰ ਨਹੀਂ ਆਉਂਦੀ, ਜਿਸ ਕਰਕੇ ਅੰਦਰਲਾ ਡਰ ਉਹਨਾਂ ਦੀ ਮਾਨਸਿਕਤਾ ਦਾ ਇਹ ਪ੍ਰਗਟਾਵਾ ਕਿ ਹਰ ਬੰਦੇ ਨੂੰ ਭੰਡੀ ਜਾਓ, ਔਰ ਇਸ ਤਰੀਕੇ ਦਾ ਆਪਣਾ ਪ੍ਰਗਟਾਵਾ
ਬਹੁਤ ਕਮਜ਼ੋਰ ਹੋਇਆ ਹੁੰਦਾ, ਡਰਾ ਡਰਿਆ ਹੁੰਦਾ, ਕਿਉਂਕਿ ਹੁਣ ਅੱਜ ਦੀ ਤਰੀਕ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜਾਬ 'ਚ ਸਥਿਤੀ ਆ ਉਹ ਇੰਨੀ ਬਿਹਤਰ ਨਹੀਂ ਹੈਗੀ। ਬੇਸ਼ੱਕ ਬਹੁਤ ਤੇਜ਼ੀ ਨਾਲ ਸੁਖਬੀਰ ਸਿੰਘ ਬਾਦਲ ਨੇ 83 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, ਪਰ ਪੰਜਾਬ ਦੇ ਲੋਕਾਂ 'ਚ ਅਜੇ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਭੱਲ ਨਹੀਂ ਹੈਗੀ। ਅੱਜ ਦੀ ਤਰੀਕ 'ਚ ਅਜੇ ਕਾਂਗਰਸ ਦਾ ਵਜੂਦ ਲੱਗਦਾ ਜੇ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਸਾਈਡ ਤੋਂ ਚਲਾ ਗਿਆ। ਹੁਣ ਤਾਂ ਇਹੋ ਹੀ ਕਾਰਨ ਆ ਕਿ ਉਹ ਇਹੋ ਜਿਹੇ ਬਿਆਨ ਦੇ ਕੇ ਆਪਣੀ ਜਿਹੜੀ ਅੰਦਰਲੀ ਡਰ ਆ ਜਾਂ ਆਪਣੀ ਅੰਦਰਲੀ ਜਿਹੜੀ ਆਪਾਂ ਜੈਲਸ ਕਹਿ ਸਕਦੇ ਈਰਖਾ ਦੀ ਭਾਵਨਾ ਉਹਦੇ ਰਾਹੀਂ ਕਦੇ ਕਿਸੇ ਨੂੰ ਟਾਰਗੇਟ ਕਰਦੇ, ਕਿਸੇ ਕਦੇ ਕਿਸੇ ਨੂੰ ਟਾਰਗੇਟ ਕਰਦੇ ਆ, ਤਾਂ ਇਹੋ ਜਿਹੇ ਬਿਆਨ ਇਹ ਕੇਵਲ ਔਰ ਕੇਵਲ ਰਾਜਨੀਤੀ ਤੋਂ ਪ੍ਰੇਰਿਤ ਨਹੀਂ। ਚਰਨਜੀਤ ਸਿੰਘ ਚੰਨੀ ਐਲਾਨ ਕਰਦਾ, ਤੁਸੀਂ ਦੱਸੋ ਕਿ ਜਦੋਂ 10 ਸਾਲਾਂ ਵਿੱਚ ਤੁਸੀਂ ਕਿਹੜਾ ਕੰਮ ਕੀਤਾ, ਤੁਸੀਂ ਤਾਂ ਐਲਾਨ ਕੀਤੇ ਤਾਂ ਕਦੀ ਪੂਰੇ ਕੀਤੇ ਨਹੀਂ। ਇੱਕ ਦੋ ਗੱਲਾਂ ਦੀ ਗੱਲ ਕਰਦੇ, ਕਿਹੜੇ ਕਿਹੜੇ ਮੁੱਦੇ ਤੁਸੀਂ ਹੱਲ ਕੀਤੇ, ਬੇਅਦਬੀਆਂ ਦਾ ਮੁੱਦਾ ਤੁਹਾਡੇ ਕਾਰਨ 'ਚ ਹੋਇਆ, ਆਰਾਮ ਦੀ ਮਾਫ਼ੀ ਤੁਸੀਂ ਦਵਾਈ, ਕਦੇ ਇਸ ਮੁੱਦਿਆਂ ਦੇ ਵੀ ਸੰਬੰਧੀ ਕੋਈ ਗੱਲਬਾਤ ਕਰਨ। ਸੋ ਇਹੋ ਜਿਹੀਆਂ ਗੱਲਾਂ ਇਹ ਕੇਵਲ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਹੁੰਦੀਆਂ ਨੇ। 4.5 ਸਾਲ ਜਦੋਂ ਕੈਪਟਨ ਸਾਹਿਬ ਸੀ ਉਦੋਂ ਬੀਬੀ ਹਰਸਿਮਰਤ ਕੌਰ ਨੇ ਕਦੀ ਬਿਆਨ ਨਹੀਂ ਦਿੱਤਾ ਕਿ ਕੈਪਟਨ ਜਿਹੜਾ ਮਹਿਲਾਂ ਦਾ ਮੰਤਰੀ ਹੈ ਮਹਿਲਾਂ ਵਿੱਚ ਰਹਿੰਦਾ, ਉਦੋਂ ਵੀ ਕੋਈ ਬਿਆਨ ਦੇ ਦਿੱਤਾ। ਕੈਪਟਨ ਸਾਹਿਬ ਲਈ ਇਹ ਬਿਲਕੁਲ ਚੁੱਪ ਰਹੇ ਨੇ। ਹੁਣ ਚੰਨੀ ਜੇਕਰ ਆ ਗਿਆ ਕਿਉਂਕਿ ਲੋਕਾਂ ਦੇ ਵਿੱਚ ਉਸਦੀ ਦਿੱਖ ਜਿਹੜੀ ਆ ਉਹ ਬਣਦੀ ਜਾ ਰਹੀ ਹੈ, ਜਿਸ ਦਾ ਖਤਰਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹੈਗਾ, ਜਿਸ ਕਰਕੇ ਕੁਝ ਬਿਆਨ ਆ ਰਹੇ ਨੇ। ਜੀ ਮਾਨ ਸਾਹਿਬ ਬਿਲਕੁਲ ਸਰ ਬਿਲਕੁਲ, ਵੀ ਜਿਸ ਤਰ੍ਹਾਂ ਵੈਸੇ ਵੀ ਤੁਸੀਂ ਕਹਿ ਰਹੇ ਹੋ, ਅਕਸਰ ਤੁਸੀਂ ਬੋਲਦੇ ਨੇ ਵੀ ਤਾਂ ਚਾਚਾ ਭਤੀਜ ਦਾ ਆਪਸ ਦਾ ਮਾਮਲਾ ਹੁੰਦਾ ਹੈ, ਸੋ ਪਰਿਵਾਰ ਦੋ ਇੱਕ ਨੇ, ਇਸ ਕਰਕੇ ਉਹ ਪਹਿਲਾਂ ਬਿਆਨ ਨਹੀਂ ਦੇ ਰਹੇ ਸੀ, ਹੁਣ ਬਿਆਨ ਆ ਰਹੇ ਨੇ। ਸੋ ਹੁਣ ਜੇਕਰ ਗੱਲ ਕਰੀਏ, ਹੁਣ ਪਹਿਲਾਂ ਆਪਾਂ ਗੱਲ ਕੀਤੀ ਹਰਸਿਮਰਤ ਕੌਰ ਬਾਦਲ ਦੀ, ਹੁਣ ਕੈਪਟਨ ਅਮਰਿੰਦਰ ਸਿੰਘ ਬਾਰੇ ਤੁਸੀਂ ਗੱਲ ਕੀਤੀ, ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਖਬਰ ਵੀ ਲੈ ਰਹੇ ਹਾਂ। ਸੋ ਪਰ ਸਮੇਂ ਦੀ ਨਿਜਾਤ ਨੂੰ ਦੇਖਦੇ ਆਨਸਰ ਥੋੜ੍ਹਾ ਸ਼ਾਰਟ ਰੱਖਿਓ। ਇੱਕ ਵੱਡਾ ਟਵੀਟ ਕੱਲ੍ਹ ਫਿਰ ਤੋਂ ਆਇਆ ਕੈਪਟਨ ਅਮਰਿੰਦਰ ਸਿੰਘ ਦਾ, BSF ਦੇ ਵਿਸਥਾਰ ਨੂੰ ਲੈ ਕੇ, BSF ਦੇ ਅਧਿਕਾਰ ਖੇਤਰ ਦੇ ਵਿਸਥਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਸੰਘੀ ਢਾਂਚੇ ਨੂੰ ਕਿਸ ਤਰ੍ਹਾਂ ਦਾ ਕੋਈ ਖਤਰਾ ਨਹੀਂ, ਨਾ ਹੀ ਪੰਜਾਬ ਪੁਲਿਸ ਦਾ ਅਧਿਕਾਰ ਖੇਤਰ ਸੀਮਤ ਹੋਏਗਾ, ਇਹਦੇ ਨਾਲ ਤਾਂ ਸਗੋਂ ਸੁਰੱਖਿਆ ਵਧੇ, ਕਿਉਂਕਿ ਕੁਝ ਬਾਹਰਲੀਆਂ ਤਾਕਤਾਂ ਨੇ ਜੋ ਦੇਸ਼ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਉਹਦੇ ਲਈ ਇਹ ਵਿਸਥਾਰ ਜ਼ਰੂਰੀ ਸੀ। ਸੋ ਇੱਕ ਵਾਰ ਫਿਰ ਤੋਂ ਇਸ ਵਿਸਥਾਰ ਦੇ ਸੰਬੰਧ ਦੇ ਵਿੱਚ ਇੱਕ ਵੱਡਾ ਬਿਆਨ ਆਇਆ, ਤਾਂ ਇਸ ਵਿਸਥਾਰ ਦੇ ਮਤਲਬ ਕਿ ਜੋ ਵਿਸਥਾਰ ਹੋਇਆ ਉਹਦੇ ਹੱਕ ਵਿੱਚ ਖੜਦੇ ਹੋਏ ਨਜ਼ਰ ਆਏ ਨੇ। ਸੰਖੇਪ ਦੇ ਵਿੱਚ ਉੱਤਰ, ਕਿਸ ਤਰ੍ਹਾਂ ਦਾ ਟਵੀਟ ਸੀ, ਕਿਸ ਤਰ੍ਹਾਂ ਦੇ ਬਿਆਨ ਨੇ ਕੈਪਟਨ ਅਮਰਿੰਦਰ ਸਿੰਘ? ਦੇਖੋ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਜਿਤਨਾ ਵਿਦੇਸ਼ੀ ਸੰਬੰਧ ਨੇ ਉਹਨਾਂ ਨੂੰ ਵਿਦੇਸ਼ੀ ਖਬਰਾਂ ਦਾ ਪੂਰਨ ਤੌਰ 'ਤੇ ਠੀਕ ਪਹੁੰਚਦੀਆਂ ਨੇ, ਅਤੇ ਜੇਕਰ ਉਹਨਾਂ ਨੂੰ ਇਹ ਖਬਰ ਪਹੁੰਚੀ ਹੈ ਕਿ ਵਿਦੇਸ਼ਾਂ ਦੇ ਵਿੱਚ ਬਹੁਤ ਕੁਝ ਇੱਦਾਂ ਦਾ ਹੋ ਰਿਹਾ, ਖਾਸ ਤੌਰ 'ਤੇ ਪਾਕਿਸਤਾਨ ਤੋਂ ਅੱਤਵਾਦੀ ਆ ਸਕਦੇ ਆ, ਖਤਰਾ ਤਾਂ ਪਾਕਿਸਤਾਨ ਤੋਂ ਹੀ ਹੈ ਨਾ, ਅਤੇ ਪਾਕਿਸਤਾਨ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸੈੱਲ ਬੜੇ ਡੂੰਘੇ ਸੈੱਲ ਨੇ, ਦੋਸਤ ਨੇ, ਮਿੱਤਰ ਨੇ, ਤਾਂ ਉੱਥੋਂ ਜੇਕਰ ਕੈਪਟਨ ਸਾਹਿਬ ਨੂੰ ਇਹ ਖਬਰਾਂ ਹੁੰਦੀਆਂ ਨੇ ਤਾਂ ਕੈਪਟਨ ਸਾਹਿਬ ਦੀ ਫਿਰ ਇਹਨਾਂ ਬਿਆਨਾਂ 'ਤੇ ਟੀਕਾ ਟਿੱਪਣੀ ਕੀਤੀ ਨਹੀਂ ਜਾ ਸਕਦੀ। ਇਹ ਬਿਆਨ ਜੇਕਰ ਅਸੀਂ ਇੱਦਾਂ ਦੀ ਟੀਕਾ ਟਿੱਪਣੀ ਕਰਾਂਗੇ ਤਾਂ ਫਿਰ ਤਾਂ ਭਾਰਤੀ ਸੁਰੱਖਿਆ, ਦੇਸ਼ ਦੀ ਅਮਨ ਅਮਨ ਕਾਨੂੰਨ ਦੀ ਸਥਿਤੀ ਦਾ ਖਿਲਵਾੜ ਹੋ ਸਕਦਾ, ਕਿਉਂਕਿ ਕੈਪਟਨ ਸਾਹਿਬ ਕੋਲ ਪੱਟ ਜਾਣਕਾਰੀ ਹੈ ਕਿ ਇੱਦਾਂ ਹੋ ਸਕਦਾ। ਤਾਂ ਹੀ ਉਹਨਾਂ ਨੇ ਇਹ ਜਿਹੜੇ BSF ਦੇ ਅਧਿਕਾਰ ਖੇਤਰ ਵਧਾਉਣ ਦੀ ਉਹਨਾਂ ਨੇ ਸ਼ਲਾਘਾ ਕੀਤੀ ਕੇਂਦਰ ਸਰਕਾਰ ਦੀ। ਪਰ ਵੇਖੋ ਮਾਨ ਸਾਹਿਬ, ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਜਿਹੜੇ ਇਹ ਬਿਆਨ ਹੈ ਨਾ, ਇਹ ਕੇਵਲ ਔਰ ਕੇਵਲ ਆਪਣੀ ਹੋਂਦ ਨੂੰ ਚਮਕਾਉਣ ਵਾਸਤੇ ਜਾਂ ਆਪਣੀ ਹੋਂਦ ਨੂੰ ਲੋਕਾਂ ਦੇ ਵਿੱਚ ਕਾਇਮ ਰੱਖਣ ਵਾਸਤੇ ਹੈ ਕਿ ਜੇ ਲੋਕਾਂ ਨੇ ਸੱਜੇ ਪਾਸੇ ਜਾਣਾ ਤਾਂ ਮੈਂ ਖੱਬੇ ਪਾਸੇ ਜਾਣਾ, ਮੈਂ ਖੱਬੇ ਪਾਸੇ ਜਾਣਾ ਤਾਂ ਮੈਂ ਸੱਜੇ ਪਾਸੇ ਜਾਣਾ। ਸੋ ਕੈਪਟਨ ਅਮਰਿੰਦਰ ਦੇ ਇਹਨਾਂ ਬਿਆਨਾਂ ਦੀ ਹੁਣ ਕੋਈ ਵੈਲਿਊ ਨਹੀਂ ਰਹਿ ਗਈ, ਉਹ ਕੇਵਲ ਉਹ ਕੇਵਲ ਬਿਆਨ ਜਿਹੜੇ ਦੇ ਰਹੇ ਬਿਆਨਾਂ ਵਾਸਤੇ ਬਿਆਨ ਦੇ ਰਹੇ ਕਿ ਹਾਂ ਵੀ ਮੈਂ ਹੈਗਾ ਜੀ। ਬਾਕੀ ਅਧਿਕਾਰ ਖੇਤਰ ਜਦੋਂ ਸਾਰੀਆਂ ਪਾਰਟੀਆਂ ਸਿਵਾਏ ਭਾਰਤੀ ਜਨਤਾ ਪਾਰਟੀ ਛੱਡ ਕੇ ਇਕਮੱਤ ਹੋ ਕੇ ਮਤਾ ਪਾਸ ਕਰ ਦਿੱਤਾ, ਤਾਂ ਕੈਪਟਨ ਅਮਰਿੰਦਰ ਸਿੰਘ ਕੋਲ ਤਾਂ ਇਹੀ ਆਸ ਕੀਤੀ ਜਾਂਦੀ ਉਹਨੇ ਉਹ ਹੀ ਬਿਆਨ ਦੇਣਾ ਜਿਹੜਾ ਕਾਂਗਰਸ ਪਾਰਟੀ ਦੇ ਖਿਲਾਫ, ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂਦਾ ਹੋਵੇ ਅਤੇ ਭਾਜਪਾ ਦੇ ਹੱਕ 'ਚ ਜਾਂਦਾ ਹੋਵੇ। ਸੋ ਕੈਪਟਨ ਅਮਰਿੰਦਰ ਸਿੰਘ ਦੇ ਇਹ ਬਿਆਨ ਕੋਈ ਖਾਸ ਮਹੱਤਤਾ ਨਹੀਂ ਰੱਖਦੇ, ਕਿਉਂਕਿ ਉਹ ਸਮਾਂ ਵਿਹਾ ਚੁੱਕਾ ਹੁਣ ਨੇਤਾ ਆ, ਜਿੰਨਾ ਕੁ ਉਹਦਾ ਲੋਕਾਂ ਦੇ ਵਿੱਚ ਹੁਣ ਉਹਦੀ ਮਾੜੀ ਮੋਟੀ ਜਿਹੜੀ ਪਹਿਚਾਣ ਹੈਗੀ ਸੀ ਪਿਛਲੇ ਦੌਰ 'ਚ, ਜਿਹੜਾ ਉਹਦੀ ਮਾਨ ਸਤਿਕਾਰ ਲੋਕ ਕੈਪਟਨ ਨੂੰ ਬਹੁਤ ਵਧੀਆ ਇੱਕ ਨੇਤਾ ਮੰਨਦੇ ਸੀ, ਪੰਜਾਬ ਦੇ ਹੱਕਾਂ ਦਾ ਰਾਖਾ, ਪਰ ਜਿਸ ਤਰੀਕੇ ਨਾਲ ਬੀਤੇ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਕੜੀ ਘੋਲਦੇ ਪਏ ਨੇ ਔਰ ਆਪਣੀ ਹੀ ਮਤਲਬ ਜਿਹੜੀ ਪਰਸਨੈਲਿਟੀ ਨੂੰ, ਆਪਣੀ ਹੀ ਸ਼ਖਸੀਅਤ ਨੂੰ ਇਹੋ ਜਿਹੇ ਬਿਆਨ ਦੇ ਕੇ ਦਾਗਦਾਰ ਕਰ ਰਹੇ ਨੇ, ਪੰਜਾਬ ਦੇ ਲੋਕਾਂ 'ਚ ਉਹਨਾਂ ਦੀ ਭਲ ਜਿਹੜੀ ਆ ਹੁਣ ਖਤਮ ਹੁੰਦੀ ਜਾ ਰਹੀ ਆ, ਇਹੋ ਜਿਹੇ ਬਿਆਨਾਂ ਦਾ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕੈਪਟਨ ਅਮਰਿੰਦਰ ਸਿੰਘ ਹੁਣ ਇੱਕ ਬੀਤਿਆ ਹੋਇਆ ਸਮਾਂ, ਇਹਨਾਂ ਨੂੰ ਇਹ ਗੱਲ ਜਿਹੜੀ ਸਮਝ ਲੈਣੀ ਚਾਹੀਦੀ, ਪੰਜਾਬ ਦੇ ਲੋਕ ਹੁਣ ਉਹਨਾਂ ਨੂੰ ਆਪਣੇ ਹਿਰਦਿਆਂ ਵਿੱਚ ਉਹ ਥਾਂ ਨਹੀਂ ਦਿੰਦੇ ਜਿਹੜੀ 2004 ਦੇ ਵਿੱਚ ਜਿਹੜੀ ਦਿੱਤੀ ਸੀ। ਜੀ ਮਾਨ ਸਾਹਿਬ, ਸੁਣਕੇ ਸਾਹਿਬ ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਪੰਜਾਬ ਦੀਆਂ ਇਹਨਾਂ ਖਬਰਾਂ ਦੇ ਉੱਪਰ ਵਿਸਥਾਰਪੂਰਵਕ ਚਰਚਾ ਕੀਤੀ ਆ। ਉਮੀਦ ਹੈ ਤੁਹਾਨੂੰ ਇਹ ਚਰਚਾ ਖੂਬ ਪਸੰਦ ਆਈ ਹੋਵੇਗੀ। ਤੁਹਾਨੂੰ ਇਹ ਚਰਚਾ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਫਿਰ ਖਾਸ ਖਬਰਾਂ ਦੇ ਨਾਲ ਤੁਹਾਡੇ ਰੂਬਰੂ ਆਵਾਂਗੇ, ਪੇਸ਼ ਤੇ ਕਰਾਂਗੇ ਐਨਾਲਿਸਿਸ। ਉਹ ਤੱਕ ਸਾਨੂੰ ਦਿਓ ਇਜਾਜ਼ਤ।